ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤ ਸੰਗਤ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਲਾਚਾਰ ਇੱਕ ਬੇਬਸ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਦੇ ਵਿੱਚ ਮੀਆਂ ਬੀਵੀ ਸਨ ਇਹਨਾਂ ਦੇ ਤਿੰਨ ਬੱਚੇ ਸਨ ਇੱਕ ਲੜਕਾ ਸੀ ਦੋ ਲੜਕੀਆਂ ਸਨ ਇਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਸੀ ਲੜਕੀਆਂ ਵੱਡੀਆਂ ਸਨ ਬੱਚਾ ਜਿਹੜਾ ਮੁੰਡਾ ਸੀ ਇਹਨਾਂ ਦਾ ਲੜਕਾ ਸੀ ਉਹ ਛੋਟਾ ਸੀ ਹੁਣ ਜਿਵੇਂ ਜਿਵੇਂ ਇਹਨਾਂ ਬੱਚਿਆਂ ਦੀ ਉਮਰ ਵੱਧਦੀ ਜਾ ਰਹੀ ਸੀ ਇਹ ਸਾਰੇ ਚਿੰਤਾ ਦੇ ਵਿੱਚ ਜਾ ਰਹੇ ਸਨ ਕਿ ਬੱਚਿਆਂ ਦੇ ਵਾਰੋ-ਵਾਰੀ ਵਿਆਹ ਕਰਨੇ ਹਨ ਇਹਨਾਂ ਤਾਂ ਦੌਲਤ ਪੈਸਾ ਕਿੱਥੋਂ ਲੈ ਕੇ ਆਵਾਂਗੇ ਕਿੱਥੋਂ ਇਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇਹਨਾਂ ਨੂੰ ਖਰੀਦ ਕੇ ਦੇਵਾਂਗੇ ਜਿਹੜਾ ਇਹਨਾਂ ਬੱਚਿਆਂ ਦਾ ਬਾਪ ਸੀ ਉਹਦੀ ਉਮਰ ਵਧਨ ਕਰਕੇ ਹੁਣ ਉਸ ਤੋਂ ਪਹਿਲਾਂ ਮੰਗ ਕੰਮ ਨਹੀਂ ਸੀ ਹੁੰਦਾ ਵੈਸੇ ਵੀ ਕਈ ਬਿਮਾਰੀਆਂ ਉਸ ਨੂੰ ਘੇਰਦੀਆਂ ਜਾ ਰਹੀਆਂ ਸਨ ਜਦ ਮੁੰਡੇ ਦੀ ਉਮਰ ਤਕਰੀਬਨ 20 ਕਰੇ ਹੋਈ ਤਾਂ ਉਸਨੇ ਘਰਵਾਲਿਆਂ ਨੂੰ ਬੇਨਤੀ ਕੀਤੀ ਕਿ ਮੈਂ ਆਪਣੇ ਨਗਰ ਤੋਂ ਬਾਹਰ ਇੱਕ ਦੂਸਰਾ ਨਗਰ ਜਿਹੜਾ ਗਵੰਢੀ ਮੁਲਕ ਦੇ ਵਿੱਚ ਹੈ ਗਵੰਢੀ ਰਾਜ ਦੇ ਵਿੱਚ ਹੈ ਉੱਥੇ ਚਲਿਆ ਜਾਂਦਾ ਹਾਂ ਸੁਣਿਆ ਹੈ ਉੱਥੇ ਕੰਮਕਾਰ ਵਧੀਆ ਮਿਲ ਜਾਂਦਾ ਹੈ ਉੱਥੋਂ ਤੁਹਾਨੂੰ ਮੈਂ ਜ਼ਰੂਰਤ ਦੇ ਲਈ ਪੈਸਾ ਟੱਕਾ ਭੇਜਦਾ ਰਹਾਂਗਾ ਚਿੱਠੀ ਪੱਤਰ ਦੇ ਰਾਹੀਂ ਤੁਹਾਡੇ ਨਾਲ ਰਾਬਤਾ ਵੀ ਕਰਦਾ ਰਹਾਂਗਾ ਪਰ ਮੈਂ ਕਈ ਸਾਰੇ ਵਪਾਰੀਆਂ ਦੇ ਨਾਲ ਗੱਲ ਕੀਤੀ ਹੈ ਜਿਹੜਾ ਵੀ ਮੈਨੂੰ ਕੰਮ ਦੇਵੇਗਾ ਉਕਾਟੂ ਕਟੇ 7 ਵਰੇ ਮੈਨੂੰ ਵਾਪਿਸ ਪਿੰਡ ਪਰਤ ਨਹੀਂ ਦਵੇਗਾ ਕਰਦਿਆ ਨੇ ਕਿਹਾ ਕਿ ਠੀਕ ਹੈ ਕਰਦੀ ਹਾਲਤ ਸੁਧਰ ਜਾਣਗੇ ਸਾਰੇ ਬੱਚਿਆਂ ਦੇ ਵਿਆਹ ਹੋ ਜਾਣਗੇ ਤੇ ਉਹ ਤੇਰਾ ਬਿਮਾਰੀ ਦੇ ਨਾਲ ਝੂਜ ਰਿਹਾ ਹੈ ਉਸ ਨੂੰ ਵੀ ਢੰਗ ਦਾ ਇਲਾਜ ਮਿਲ ਜਾਵੇਗਾ ਕਿਸੇ ਨੇ ਕੋਈ ਦੂਜੀ ਚੀਜ਼ ਨਹੀਂ ਸੋਚੀ ਤੇ ਉਸ ਨੂੰ ਵਤਨਾਂ ਦੇ ਵਿੱਚ ਭੇਜ ਦਿੱਤਾ ਇੱਕ ਵਤਨ ਤੋਂ ਦੂਜੇ ਵਤਨ ਤੇ ਦੂਜੇ ਤੋਂ ਤੀਜੇ ਵਤਨ ਇਸ ਤਰੀਕੇ ਨਾਲ ਉਹ ਆਪਣੇ ਘਰ ਤੋਂ ਕੰਹਾ ਮੀਲਾ ਹਜ਼ਾਰਾਂ ਕਿਲੋਮੀਟਰ ਦੂਰ ਚੱਲਿਆ ਗਿਆ ਵਪਾਰੀਆਂ ਦੇ ਨਾਲ ਕੰਮ ਹੋਣ ਕਰਕੇ ਉਸ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਅੱਜ ਕਿਤੇ ਤੇ ਕੱਲ ਕਿਤੇ ਪਰ ਜਿਹੜੀ ਗੱਲ ਸੁੱਖ ਦੀ ਸੀ ਉਹ ਇਹ ਸੀ ਕਿ ਉਹ ਪੈਸਾ ਕਮਾ ਰਿਆ ਸੀ ਜਿੰਨਾ ਕਮਾਉਂਦਾ ਉਹ ਕਿਸੇ ਨਾ ਕਿਸੇ ਰਾਹੀ ਪਾਂਦੀ ਦੇ ਹੱਥ ਵਿੱਚ ਜਿਸ ਨੇ ਉਸ ਦੇ ਵਤਨ ਨੂੰ ਜਾਣਾ ਹੁੰਦਾ ਉਹਦੇ ਹੱਥ ਆਪਣੇ ਘਰ ਭੇਜ ਦਿੰਦਾ ਘਰ ਵਾਲਿਆਂ ਤੋਂ ਉਹ ਚਿੱਠੀ ਪੱਤਰ ਵੀ ਮੰਗਵਾ ਲੈਂਦਾ ਸੀ ਜੋ ਆਪਣੇ ਪੱਕੇ ਟਿਕਾਣੇ ਤੇ ਆਉਂਦਾ ਹੁੰਦਾ ਸੀ ਜਦੋਂ ਵੀ ਉਸ ਦਾ ਜਿਹੜਾ ਆਪਣੇ ਪੱਕੇ ਟਿਕਾਣੇ ਵੱਲ ਵਜਣਾ ਉੱਥੇ ਆ ਕੇ ਉਸਮੇ ਉਤਸੁਕਤਾ ਰਹਿੰਦੀ ਸੀ ਕਿ ਮੈਂ ਆਪਣੇ ਘਰਦਿਆਂ ਵੱਲੋਂ ਆਇਆ ਹੋਇਆ ਉਹ ਚਿੱਠੀ ਪੱਤਰ ਪੜਾਂ ਉਸ ਪੱਤਰ ਦੇ ਵਿੱਚ ਘਰਵਾਲਿਆਂ ਨੇ ਹਮੇਸ਼ਾ ਸੁੱਖ ਸ਼ਾਂਤੀ ਦਾ ਸੰਦੇਸ਼ ਦਿੱਤਾ ਹੁੰਦਾ ਤੇ ਕਹਿ ਦਿੰਦੇ ਕਿ ਤੇਰੇ ਵੱਲੋਂ ਭੇਜੀ ਐਨੇ ਪੈਸੇ ਸਾਡੇ ਕੋਲੇ ਪਹੁੰਚ ਗਏ ਇਸ ਗੱਲ ਦੀ ਉਸ ਨੂੰ ਤਸੱਲੀ ਹੁੰਦੀ ਕਿ ਮੇਰੇ ਘਰਵਾਲਿਆਂ ਦੇ ਕੋਲੇ ਹੁਣ ਪੈਸੇ ਪਹੁੰਚ ਰਹੇ ਨੇ ਇਹਨੇ ਜਿੰਨੀ ਮਿਹਨਤ ਕਰਿਆ ਕਰਨੀ ਆਪਣੇ ਪੱਲੇ ਕੁਝ ਨਾ ਰੱਖਿਆ ਕਰਨਾ ਖਾਣਾ ਪੀਣਾ ਰਹਿਣਾ ਕਿੰਨਾ ਕਿਤੇ ਜਾਣਾ ਆਉਣਾ ਇਹਦਾ ਸਾਰਾ ਖਰਚ ਤਾਂ ਵਪਾਰੀ ਚੱਕਦੇ ਸਨ ਜਿੰਨਾਂ ਦੇ ਨਾਲ ਇਹ ਕੰਮ ਕਰਿਆ ਕਰਦਾ ਸੀ ਇਮਾਨਦਾਰ ਸੀ ਕੰਮ ਇਹ ਮਨ ਲਾ ਕੇ ਕਰਿਆ ਕਰਦਾ ਸੀ ਕਦੇ ਵੀ ਇਹਦੇ ਕੰਮ ਦੇ ਵਿੱਚ ਕੋਈ ਵੱਲਚਲ ਨਹੀਂ ਹੁੰਦਾ ਸੀ ਕਦੇ ਵੀ ਇਹਦੇ ਜ਼ਿਹਨ ਦੇ ਵਿੱਚ ਇਹਦੇ ਦਿਲ ਦੇ ਵਿੱਚ ਕੋਈ ਬੇਇਮਾਨੀ ਨਹੀਂ ਸੀ ਹੁੰਦੀ ਜਿੰਨਾ ਕੰਮ ਦਾ ਮਿਹਨਤ ਤੋਂ ਜਿੰਨੀ ਕਮਾਈ ਹੁੰਦੀ ਉਹ ਆਪਣੇ ਮਾਤਾ ਪਿਤਾ ਨੂੰ ਆਪਣੇ ਨਗਰ ਭੇਜ ਦਿਆ ਕਰਦਾ ਮਾਤਾ ਪਿਤਾ ਦਾ ਹੱਥ ਥੋੜਾ ਸੋਕਾ ਹੋ ਗਿਆ ਸੀ ਉਹਨਾਂ ਨੇ ਆਪਣੀਆਂ ਬੱਚੀਆਂ ਦੇ ਵਿਆਹ ਵੀ ਕਰ ਦਿੱਤੇ ਪਰ ਜਿਹੜੀ ਦਿੱਕਤ ਉਹਨਾਂ ਨੂੰ ਸੀ ਉਹ ਅਜੇ ਵੀ ਬਰਕਰਾਰ ਸੀ ਕਿ ਇਸ ਦਾ ਜਿਹੜਾ ਪਿਤਾ ਸੀ ਉਸ ਦੀ ਬਿਮਾਰੀ ਠੀਕ ਨਹੀਂ ਸੀ ਹੋ ਰਹੀ ਲਗਾਤਾਰ ਵੈਦਾਂ ਹਕੀਮਾਂ ਦੇ ਕੋਲੇ ਜਾ ਜਾ ਕੇ ਉਹਨਾਂ ਦਾ ਘਰ ਭਰਿਆ ਪਰ ਉਹ ਠੀਕ ਨਹੀਂ ਸੀ ਹੋ ਰਿਹਾ ਚਿੱਠੀ ਪੱਤਰ ਦੇ ਵਿੱਚ ਕਦੇ ਵੀ ਉਹ ਬਿਮਾਰੀ ਦਾ ਜ਼ਿਕਰ ਨਹੀਂ ਕਰਨ ਕਰਦੇ ਕਿ ਸਾਡਾ ਵਤਨਾ ਤੋਂ ਦੂਰ ਬੈਠਾ ਪੁੱਤਰ ਹੈ ਸਾਡੀ ਚਿੰਤਾ ਨਾ ਕਰੇ ਇਹ ਲਗਾਤਾਰ ਉਹਨਾਂ ਨੂੰ ਪੈਸੇ ਪੇਛਾਦਾ ਰਿਹਾ ਆਪਣੇ ਪੱਲੇ ਇਸਨੇ ਕੁਝ ਨਹੀਂ ਰੱਖਿਆ ਤਕਰੀਬਨ 4 ਸਾਲਾਂ ਬਾਅਦ ਇਸ ਨੂੰ ਇੱਕ ਪੱਤਰ ਪਿੰਡੋਂ ਆਉਂਦਾ ਹੈ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੇਰਾ ਪਿਓ ਹੁਣ ਇਸ ਜਹਾਨ ਦੇ ਵਿੱਚ ਨਹੀਂ ਰਿਹਾ ਉਹ ਬਿਮਾਰੀ ਦੇ ਅੱਗੇ ਉਹਦਾ ਦਮ ਟੁੱਟ ਗਿਆ ਉਹ ਬਿਮਾਰੀ ਦੇ ਅੱਗੇ ਲੜਦਾ ਲੜਦਾ ਆਪਣੀ ਜਾਨ ਗਵਾ ਬੈਠਾ ਫਿਰ ਇਹ ਬਹੁਤ ਦੁਖੀ ਹੋਇਆ ਅਥਾ ਦੁਖੀ ਹੋਇਆ ਸਮਝ ਨਾ ਆਵੇ ਕਿ ਕੀ ਕਰਾਂ ਕੀ ਨਾ ਕਰਾਂ ਇਸ ਤੋਂ ਬਾਅਦ ਇਸਨੇ ਫੈਸਲਾ ਕੀਤਾ ਕਿ ਹੁਣ ਮੈਂ ਵਾਪਸ ਘਰ ਨੂੰ ਚਲਾ ਜਾਵਾਂਗਾ ਇੱਕ ਚੀਜ਼ ਇਸ ਨੂੰ ਜਿਡੀ ਲਗਾਤਾਰ ਤੰਗ ਪਰੇਸ਼ਾਨ ਕਰ ਰਹੀ ਸੀ ਕਿ ਮੈਂ ਘਰ ਨੂੰ ਜਾਵਾਂਗਾ ਕਦੇ ਆਸਰੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਜੋ ਮੈਂ ਖੱਟਿਆ ਕਮਾਇਆ ਉਹ ਮੈਂ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਮੈਂ ਤਾਂ ਕੁਝ ਵੀ ਝੂੜ ਕੇ ਨਹੀਂ ਰੱਖਿਆ ਖਾਲੀ ਹੱਥ ਜਾਵਾਂਗਾ ਤਾਂ ਚੰਗਾ ਨਹੀਂ ਲੱਗਦਾ ਵਪਾਰੀਆਂ ਦੇ ਨਾਲ ਇਸਨੇ ਕੁਝ ਸਮਾਂ ਹੋਰ ਕੰਮ ਕੀਤਾ ਤਕਰੀਬਨ 1 ਮਹੀਨਾ ਮਸਾ ਹੀ ਕੰਮ ਕਰ ਸਕਿਆ ਕਿਉਂਕਿ ਵਾਰ-ਵਾਰ ਇਸ ਨੂੰ ਜਿਹੜੀ ਇਹਦੇ ਖੋਆ ਤੋੜੀ ਹੋ ਰਹੀ ਸੀ ਬਾਪ ਤੇ ਜਾਨ ਦਾ ਗਮ ਸੀ ਉਹ ਕਿਸੇ ਵੀ ਤਰੀਕੇ ਘਟ ਨਹੀਂ ਸੀ ਰਿਹਾ ਫਿਰ ਉਸਨੇ ਸੋਚਿਆ ਮਹੀਨੇ ਦੇ ਵਿੱਚ ਜੋ ਵੀ ਬਣਿਆ ਹੈ ਉਹ ਲੈ ਜਾਣਾ ਹੋਰ ਨਹੀਂ ਕੁਝ ਇੱਕ ਮਹੀਨੇ ਦਾ ਗੁਜ਼ਰ ਬਸ ਰੋਥੇ ਹੋ ਜਾਵੇਗਾ ਮਾਂ ਦੇ ਨਾਲ ਇੱਕ ਮਹੀਨਾ ਰਹਾਂਗਾ ਭੈਣਾਂ ਨੂੰ ਮਿਲਾਂਗਾ ਤੇ ਵਾਪਸ ਆ ਕੇ ਫਿਰ ਤੋਂ ਕੰਮਕਾਰ ਦੇ ਉੱਤੇ ਲੱਗ ਜਾਵਾਂਗਾ ਹੁਣ ਤੱਕ ਇਹਨੂੰ ਚਿੱਠੀ ਪੱਤਰਾਂ ਦੇ ਵਿੱਚ ਸਾਰੇ ਬੜਾ ਪਿਆਰ ਕਰਦੇ ਸਨੇਹ ਕਰਦੇ ਇਹਨੂੰ ਜਦ ਤੱਕ ਇਹਦੇ ਬਿਨਾ ਕਿਸੇ ਦੀ ਰੂਹ ਰਾਜੀ ਨਹੀਂ ਹੋਣੀ ਇਹਦੇ ਬਿਨਾ ਸਾਰਿਆਂ ਦੇ ਦਿਲ ਨਹੀਂ ਲੱਗਦੇ ਹੁਣੇ ਜਦੋਂ ਵਾਪਸ ਵਤਨ ਨੂੰ ਵਰਤਿਆ ਆਪਣੀ ਮਾਂ ਦੇ ਗੱਲ ਲੱਗ ਕੇ ਬਹੁਤ ਰੋਇਆ ਬਹੁਤ ਜ਼ਿਆਦਾ ਦੁੱਖ ਇਨੇ ਹੰਝੂਆਂ ਵਿੱਚੋਂ ਬਹਾਇਆ ਮਾਂ ਨੂੰ ਮਿਲ ਕੇ ਇਸ ਨੂੰ ਕੁਝ ਤਸੱਲੀ ਮਹਿਸੂਸ ਹੋਈ ਬਿਰਧ ਮਾਂ ਹੁਣ ਘਰ ਵਿੱਚ ਇਕੱਲੀ ਰਹਿੰਦੀ ਸੀ ਘਰ ਦੀ ਹਾਲਤ ਅਜੇ ਵੀ ਉਹੋ ਜੀ ਸੀ ਕਿਉਂਕਿ ਜਿਹੜੀ ਉਸਨੇ ਪੈਸੇ ਭੇਜੇ ਕੁਝ ਤਾਂ ਭੈਣਾ ਦੇ ਵਿਆਹ ਤੇ ਲੱਗੇ ਤੇ ਬਾਕੀ ਪਾਪ ਦੀ ਬਿਮਾਰੀ ਖਾ ਗਈ ਭੈਣਾ ਹੁਣ ਸੁੱਖ ਨਾਲ ਚੰਗੇ ਘਰਾਂ ਦੇ ਵਿੱਚ ਵਿਆਹ ਦਿੱਤੀਆਂ ਸਨ ਉਹਨਾਂ ਦਾ ਗੁਜ਼ਰਬਸਰ ਵਧੀਆ ਹੋ ਰਿਹਾ ਸੀ ਫਿਰ ਇੱਕ ਦਿਨ ਮਾਂ ਨੇ ਕਿਹਾ ਕਿ ਹੁਣ ਤੂੰ ਆਪਣੀ ਵੱਡੀ ਭੈਣ ਦੇ ਕੋਲ ਇੱਕ ਦਿਨ ਜਾ ਆ ਉਹ ਕਹਿੰਦਾ ਠੀਕ ਹੈ ਵੱਡੀ ਭੈਣ ਦੇ ਕੋਲ ਗਿਆ ਵੱਡੀ ਭੈਣ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਸਨ ਕਿ ਮੇਰੇ ਲਈ ਮੇਰਾ ਭਰਾ ਪਰਉਨੇ ਮੁਲਕ ਤੋਂ ਆ ਰਿਹਾ ਹੈ ਬਾਹਰਲੇ ਮੁਲਕ ਤੋਂ ਆ ਰਿਹਾ ਹੈ ਕੁਝ ਨਾ ਕੁਝ ਲੈ ਕੇ ਆਇਆ ਹੋਵੇਗਾ ਪਰ ਇਸਦੇ ਕੋਲੇ ਕੀ ਸੀ ਸਾਰਾ ਕੁਝ ਤਾਂ ਪਹਿਲਾਂ ਹੀ ਇਸ ਦਾ ਲੁੱਟਿਆ ਖੁੱਟਿਆ ਜਾ ਚੁੱਕਿਆ ਸੀ ਭੈਣ ਇਸ ਨੂੰ ਦੇਖ ਕੇ ਕੁਝ ਹੱਦ ਤੱਕ ਨਾਰਾਜ਼ ਵੀ ਹੋਈ ਪਰ ਉਸਨੇ ਨਾਰਾਜ਼ਗੀ ਆਪਣੇ ਚਿਹਰੇ ਤੋਂ ਸਪਸ਼ਟ ਨਾ ਹੋਣ ਦਿੱਤੀ ਉਸਨੇ ਇਸ ਦਿਹਾਉ ਭਗਤ ਕੀਤੀ ਜਿਹੋ ਜੀ ਇਸਨੇ ਕਰਨੀ ਸੀ ਉਹੋ ਜੀ ਤਾਂ ਨਾ ਕੀਤੀ ਇੱਕ ਰਾਤ ਭੈਣ ਦੇ ਕੋਲੇ ਰਿਹਾ ਅਗਲੇ ਦਿਨ ਜਦੋਂ ਵਾਪਸ ਆਉਣ ਲੱਗਿਆ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਕੁਝ ਵੀ ਨਹੀਂ ਸੀ ਪਰ ਫਿਰ ਵੀ ਆਪਣੇ ਕਿਰਾਏ ਵਾਲੇ ਪੈਸਿਆਂ ਵਿੱਚੋਂ ਕੱਢ ਕੇ ਬਹੁਤ ਥੋੜੇ ਪੈਸੇ ਇਸਨੇ ਆਪਣੀ ਭੈਣ ਦੇ ਛੋਟੇ ਮੁੰਡੇ ਦੇ ਹੱਥ ਵਿੱਚ ਰੱਖ ਦਿੱਤੇ ਐਨੇ ਥੋੜੇ ਪੈਸੇ ਦੇਖ ਕੇ ਉਹ ਲੋਹੀ ਲਾਕੀ ਹੋਈ ਪਰ ਬੋਲੀ ਕੁਝ ਨਾ ਭਰਾ ਨੂੰ ਵਿਦਾ ਕਰ ਦਿੱਤਾ ਭਰਾ ਵਾਪਸ ਪਹੁੰਚਿਆ ਆਪਣੀ ਮਾਂ ਨੂੰ ਮਿਲਿਆ ਕੁਝ ਦਿਨ ਉਹਦੇ ਕੋਲ ਰਿਹਾ ਤਾਂ ਫਿਰ ਮਾਂ ਨੇ ਕਿਹਾ ਕਿ ਹੁਣ ਆਪਣੀ ਛੋਟੀ ਭੈਣ ਨੂੰ ਵੀ ਮਿਲਿਆ ਛੋਟੀ ਭੈਣ ਨੂੰ ਮਿਲਣ ਚਲਿਆ ਗਿਆ ਉਸ ਨੂੰ ਵੀ ਬਹੁਤ ਆਸਾਂ ਉਮੀਦਾਂ ਸਨ ਕਿ ਮੇਰਾ ਭਰਾ ਬਾਹਰੋਂ ਆ ਰਿਹਾ ਹੈ ਮੇਰੇ ਲਈ ਕੀਮਤੀ ਤੋਹਫ਼ੇ ਲੈ ਕੇ ਆਇਆ ਹੋਵੇਗਾ ਮੇਰੇ ਲਈ ਬਹੁਤ ਕੁਝ ਐਸਾ ਲੈ ਕੇ ਆਇਆ ਹੋਵੇਗਾ ਜਿਹੜਾ ਸਾਡੇ ਪਿੰਡ ਵਾਲਿਆਂ ਨੇ ਵੇਖਿਆ ਵੀ ਨਹੀਂ ਜਦੋਂ ਇਹਦੀ ਭੈਣ ਨੇ ਉਸ ਨੂੰ ਦੇਖਿਆ ਖਾਲੀ ਹੱਥ ਪਹੁੰਚਿਆ ਤਾਂ ਉਸ ਨੂੰ ਵੀ ਬਹੁਤ ਗੁੱਸਾ ਆਇਆ ਉਸ ਨੇ ਸੇਵਾ ਪਾਣੀ ਕੀਤੀ ਸ਼ਾਮ ਦੇ ਵੇਲੇ ਉਸ ਨੇ ਭੈਣ ਤੋਂ ਅਜਾਸਤ ਮੰਗੀ ਪੈਨ ਨੂੰ ਆਸੀ ਕਿ ਜੇ ਆਉਂਦਾ ਨਹੀਂ ਲੈ ਕੇ ਆਇਆ ਤਾਂ ਜਾਂਦਾ ਤਾਂ ਦੇਖੇ ਜਾਊਗਾ ਜਾਂਦੇ ਆ ਇਹਦੇ ਕੋਲੇ ਕੁਝ ਵੀ ਨਹੀਂ ਸੀ ਹੁਣ ਤਾਂ ਕਰਾਈ ਜੋਗਾ ਪੜਾ ਵੀ ਹੈ ਨਹੀਂ ਸੀ ਪੈਨ ਨੂੰ ਉਸਨੇ ਸਲਾਮ ਦਵਾ ਕੀਤੀ ਵਾਪਸ ਪਿੰਡ ਨੂੰ ਪਰਤ ਆਇਆ ਘਰ ਆਇਆ ਮਾਂ ਦੇ ਨਾਲ ਕੋਈ ਸਮਾਂ ਬਤਾਇਆ ਪਿੰਡ ਵਾਲਿਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਘਰ ਦੀ ਹਾਲਤ ਸੁਧਾਰਨ ਬਾਰੇ ਸੋਚ ਰਿਹਾ ਹੈ ਪਹਿਲਾਂ ਤਾਂ ਇਹ ਸੋਚਦਾ ਕਿ ਹੁਣ ਮੈਂ ਇੱਥੋਂ ਛੱਡ ਕੇ ਨਹੀਂ ਜਾਣਾ ਮਾਂ ਨੂੰ ਕੀ ਦੇ ਆਸਰੇ ਛੱਡਣਾ ਹੈ ਪਰ ਫਿਰ ਇਸ ਨੂੰ ਇਹ ਹੁੰਦਾ ਕਿ ਮੈਂ ਇੱਥੇ ਕਿਹੜਾ ਕੰਮ ਕਰ ਸਕਦਾ ਹਾਂ ਉੱਥੇ ਜਾਵਾਂਗਾ ਤਾਂ ਨਵਾਂ ਘਰ ਪਾਲਵਾਂਗਾ ਚਾਰ ਛਿਲੜ ਜੋੜ ਲਵਾਂਗਾ ਮੇਰਾ ਵੀ ਵਿਆਹ ਹੋ ਜਾਵੇਗਾ ਮਾਂ ਦਾ ਵੀ ਸਹਾਰਾ ਬਣਾਂਗਾ ਦੋਕ ਸਾਲ ਹੋਰ ਕੰਮ ਕਰ ਆਉਂਦਾ ਹਾਂ ਮਾਂ ਦੀ ਦੇਖਪਾਲ ਜਿਵੇਂ ਤਿਵੇਂ ਮੇਰੇ ਵੱਲੋਂ ਭੇਜੀ ਹੋਈ ਪੈਸੇ ਕਰੀ ਜਾਣਗੇ ਇੱਕ ਦਿਨ ਦੁਪਹਿਰ ਵੇਲੇ ਬੈਠਾ ਤਾਂ ਇਹਨਾਂ ਦੇ ਘਰ ਡਾਕੀਆ ਦੋ ਚਿੱਠੀਆਂ ਫੜਾ ਕੇ ਗਿਆ ਦੋਵੇਂ ਚਿੱਠੀਆਂ ਇਹਨਾਂ ਦੀਆਂ ਦੋਵਾਂ ਭੈਣਾਂ ਵੱਲੋਂ ਪੇਜੀਆਂ ਹੋਈਆਂ ਸਨ ਦੋਹਾਂ ਭੈਣਾਂ ਨੇ ਗਿਲੇ ਸ਼ਿਕਵੇ ਲੰਮੇ-ਲੰਮੇ ਸੰਦੇਸ਼ ਲਿਖੇ ਹੋਏ ਸਨ ਕਿ ਸਾਨੂੰ ਆਸ ਸੀ ਕਿ ਭਰਾ ਸਾਡਾ ਲਈ ਬਹੁਤ ਕੁਝ ਲੈ ਕੇ ਆਇਆ ਹੋਵੇਗਾ ਸਾਨੂੰ ਉਮੀਦ ਸੀ ਕਿ ਭਰਾ ਦਾ ਸਾਡੇ ਨਾਲ ਪਿਆਰ ਹੀ ਬਹੁਤ ਹੈ ਸਾਡੇ ਲਈ ਚੰਗੇ-ਚੰਗੇ ਤੋਹਫੇ ਲੈ ਕੇ ਆਇਆ ਹੋਵੇਗਾ ਪਰ ਇਸ ਨੇ ਤਾਂ ਸਾਡੇ ਸ਼ਰੀਕੇ ਦੇ ਵਿੱਚ ਸਾਡੀ ਨੱਕ ਕਟਵਾ ਦਿੱਤੀ ਹੈ ਮਾਂ ਜਦੋਂ ਇਹ ਸੰਦੇਸ਼ ਪੜ੍ਹਦੀ ਹੈ ਮਾਂ ਵੀ ਬਹੁਤ ਰੋਂਦੀ ਹੈ ਦੁਖੀ ਹੁੰਦੀ ਹੈ ਇਹ ਵੀ ਬਹੁਤ ਦੁਖੀ ਹੁੰਦਾ ਹੈ ਕਿ ਮੈਂ ਸਾਰੀ ਉਮਰ ਜਿੰਨਾ ਪਿੱਛੇ ਗਾਲ ਦਿੱਤੀ ਅੱਜ ਮੇਰੇ ਕੋਲ ਕੋਈ ਸਹਾਰਾ ਵੀ ਨਹੀਂ ਅੱਜ ਮੇਰਾ ਬਾਪ ਤੁਰ ਗਿਆ ਮੈਂ ਉਸ ਦੀ ਜਾਂਦੀ ਵਰਦੀ ਸ਼ਕਲ ਵੀ ਨਹੀਂ ਦੇਖ ਸਕਿਆ ਤੇ ਜਿੰਨਾ ਪਿੱਛੇ ਮੈਂ ਸਾਰਾ ਕੁਝ ਕੀਤਾ ਜਿੰਨਾ ਪਿੱਛੇ ਮੈਂ ਘਰ-ਬਾਰ ਛੱਡ ਦਿੱਤਾ ਸ਼੍ਰੀਕਾ ਬਰਾਦਰੀ ਛੱਡ ਕੇ ਮੈਂ ਬਰੂਨੀ ਮੁਲਕ ਚਲਿਆ ਗਿਆ ਜਿੰਨਾ ਪਿੱਛੇ ਮੈਂ ਯਾਰ ਦੋਸਤ ਤਿਆਗ ਦਿੱਤੇ ਉਹਨਾਂ ਨੇ ਅੱਜ ਆਪਣੇ ਜਿਹੜੇ ਰਿਸ਼ਤੇ ਨੇ ਉਹ ਮੇਰੇ ਤੋਂ ਪਾਸੇ ਕਰ ਲਏ ਉਹਨਾਂ ਨੇ ਅੱਜ ਮੇਰੇ ਕੋਲੇ ਦੁਨੀਆ ਨੂੰ ਦਿਖਾਉਣ ਵਾਲੀ ਚੀਜ਼ ਦਾ ਗੇਲਾ ਸ਼ਿਕਵਾ ਕਰ ਦਿੱਤਾ ਉਹਨਾਂ ਇਹ ਨਹੀਂ ਪੁੱਛਿਆ ਕਿ ਉੱਥੇ ਕਿੰਨੇ ਘੰਟੇ ਕੰਮ ਕਰਦਾ ਹੈ ਉਹਨਾਂ ਇਹ ਨਹੀਂ ਪੁੱਛਿਆ ਕਿ ਉੱਥੇ ਤੇਰੇ ਨਾਲ ਕੀ ਕੀ ਵਾਪਰਦੀ ਹੈ ਕਿਹੋ ਜਿਹਾ ਕੰਮ ਕਰਦਾ ਹੈ ਸੌਣਾ ਕਿੰਨਾ ਟਾਈਮ ਹੈ ਸਾਰਾ ਕੁਝ ਉਹਨਾਂ ਨੇ ਅੱਖੋਂ ਪਰੋਖੇ ਕਰ ਦਿੱਤਾ ਜੇ ਚੇਤੇ ਰੱਖਿਆ ਤਾਂ ਲੈ ਲੈਂਦੇ ਕਹਾਣੀਕਾਰ ਇਸ ਕਹਾਣੀ ਰਹੀ ਦੱਸਣਾ ਚਾਹੁੰਦਾ ਹੈ ਕਿ ਅੱਜ ਦੇ ਰਿਸ਼ਤੇ ਬਹੁਤ ਹੱਦ ਤੱਕ ਖੋਖਲੇ ਹੋ ਗਏ ਨੇ ਦੁਨੀਆਂ ਦੇ ਵਿੱਚ ਗਿਣਤੀ ਦੇ ਐਸੇ ਲੋਕ ਨਹੀਂ ਗਿਣਤੀ ਦੇ ਐਸੇ ਰਿਸ਼ਤੇਦਾਰ ਮਿੱਤਰ ਜਾਂ ਕਰੀਬੀ ਨੇ ਜਿਹੜੇ ਇੱਕ ਦੂਜੇ ਦੀ ਅਸਲ ਦੇ ਵਿੱਚ ਫਿਕਰ ਕਰਦੇ ਨੇ ਬਹੁਤੇ ਰਿਸ਼ਤੇਦਾਰ ਤਾਂ ਤੁਹਾਡੇ ਨਾਲ ਮੇਲ ਮਲਾਪ ਇਸ ਕਰਕੇ ਰੱਖਦੇ ਨੇ ਕਿ ਤੁਹਾਡੇ ਕੋਲੇ ਚਾਰ ਛੱਲੜ ਹੈਗੇ ਆ ਕਿ ਨਹੀਂ ਜਿਦੇ ਕੋਲੇ ਚਾਰ ਪੈਸੇ ਨੇ ਉਹਦੇ ਚਾਰ ਰਿਸ਼ਤੇਦਾਰ ਨੇ ਜਿਹਦੇ ਕੋਲ ਜਿਆਦਾ ਪੈਸੇ ਨੇ ਉਹਨੂੰ ਦੂਰ ਦਰੇਡੇ ਦੇ ਆ ਕੇ ਵੀ ਸਲਾਮ ਦਵਾ ਕਰਦੇ ਨੇ ਤੇ ਜਦੋਂ ਕਿਤੇ ਚਾਰ ਬੰਦਿਆਂ 'ਚ ਗੱਲ ਉਸ ਬੰਦੇ ਦੀ ਛਿੜ ਪੈਂਦੀ ਹੈ ਤਾਂ ਫਿਰ ੱੱਕੇ ਨਾਲ ਕਹਿੰਦੇ ਨੇ ਕਿ ਉਹ ਤਾਂ ਮੇਰਾ ਬੜਾ ਕਰੀਬੀ ਹੈ ਮੇਰਾ ਰਿਸ਼ਤੇਦਾਰ ਹੈ ਤੇ ਜੇ ਕੋਈ ਗਰੀਬ ਹੈ ਜਿਹਦੇ ਹੱਥ ਹੇਠ ਕੁਝ ਵੀ ਨਹੀਂ ਜਿਹੜਾ ਹੱਥੋਂ ਖਾਲੀ ਹੈ ਜਿਹੜਾ ਪੈਸੇ ਨਹੀਂ ਕਮਾ ਰਿਹਾ ਜਿਹਦੇ ਤੇ ਮਾਰਾ ਸਮਾਂ ਚੱਲ ਰਿਹਾ ਜਿਹਦੀ ਪ੍ਰਮਾਤਮਾ ਪਰਖਿਆ ਲੈ ਰਿਹਾ ਉਹਦੇ ਤੋਂ ਸਾਰਾ ਪੱਲਾ ਝਾੜ ਜਾਂਦੇ ਨੇ ਉਹਦਾ ਸਕਾ ਭਰਾ ਵੀ ਕਹਿ ਦਿੰਦਾ ਕਿ ਅੱਜਕੱਲ ਮੈਂ ਤਾਂ ਇਹਦੇ ਨਾਲ ਬੋਲਚਾਲ ਛੱਡਿਆ ਹੋਇਆ ਇਹ ਤਾਂ ਅਕਲ ਹੀ ਨਹੀਂ ਇਹਦਾ ਤਾਂ ਦਿਮਾਗ ਵੀ ਘੱਟ ਕੰਮ ਕਰਦਾ ਹੈ ਦੁਨਿਆਵੀ ਰਿਸ਼ਤੇ ਅੱਜ ਦੇ ਸਮੇਂ ਵਿੱਚ ਬਹੁਤਾਂਤ ਦੇ ਵਿੱਚ ਸਾਰੇ ਖੋਖਲੇ ਹੋ ਗਏ ਨੇ ਸਾਰੇ ਪੈਸਿਆਂ ਦੇ ਹਿਸਾਬ ਨਾਲ ਚੱਲਦੇ ਨੇ ਜਿਹਦੀ ਕੋਲੇ 4 ਛਿਲੜ ਨੇ ਜਿਹਦੇ ਕੋਠੀ ਦੇ ਵਿੱਚ 4 ਦਾਣੇ ਨੇ ਉਹਦੇ ਕਮਲੇ ਆਪੇ ਸਿਆਣੇ ਨੇ